ਨਹੀਂ ਆਉਂਦਾ ਸਾਰਿਆਂ ਨੂੰ ਉਹ ਸਾਡੇ ਵਾਂਗੂ ਸਾਡੀਆਂ ਨਹੀਂ ਅਸੀਂ ਅੰਡਰਗਰਾਉਂਡ ਬੰਦੇ ਅਸੀਂ ਅੱਜ ਦੇ ਰਾਜੇ ਆਂ ਸਾਡਾ ਪਤਾ ਨਹੀਂ ਕੱਲ ਦਾ ਆ ਡਾਲਰ ਵਾਂਗੂ ਨਹੀਂ ਉਹਦਾ ਨਾਮ ਰਹੂ ਚੱਲਦਾ बीते दिन वर्जीनिया दे विच होए सभ्याचारक प्रोग्राम दे दौरान प्रसिद्ध पंजाबी गायिका अमन रोजी वालों मरहूम गायक सिद्धू मूसेवाले नूं याद करदे उस दे गीत गाए गए जिन्हां दा दर्शकां ने बेहद आनंद माणिया। बीते दिनी वर्जीनिया पुजी पंजाब दे बुलंद आवाज दी मलिका अमर रोजी वालों सभ्याचारक प्रोग्राम दे दौरान मरहूम गायक सिद्धू मूसेवाला नूं याद करदे डॉलरां वांगू नी नाम साडा चलदा गीत गाया। दर्शकां ने इस गीत दा बेहद आनंद माणिया। ਸਾਡਾ ਫਰਜ਼ ਬਣਦਾ ਕਿ ਵੀਰ ਜੀ ਸਮਾਨੀ ਤੌਰ ਤੇ ਸਾਡੇ ਵਿੱਚ ਕਾਰ ਨਹੀਂ ਹੈ ਲੇਕਿਨ ਆਪਣੇ ਗੀਤਾਂ ਰਾਹੀਂ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਸਾਡੇ ਚ ਜਿੰਦਾ। ਸੋ ਇੱਕ ਲਾਈਨ ਮੈਂ ਬੋਲੂੰਗੀ ਇੱਕ ਲਾਈਨ ਤੁਸੀਂ ਬੋਲਣੀ ਆਊਗਾ ਇਹ ਤਾਂ ਗਾਣਾ ਆਉਂਦਾ ਹੀ ਆਉਂਦਾ ਸਾਰਿਆਂ ਨੂੰ ਉਹ ਸਾਡੇ ਵਾਂਗੂ ਸਾਡੀਆਂ ਨਹੀਂ ਅਸੀਂ ਅੰਡਰਗਰਾਉਂਡ ਬੰਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਫਾਨੀ ਸੰਸਾਰ 'ਚ ਨਹੀਂ ਰਹੇ ਪਰ ਆਪਣੀਆਂ ਲਿਖਤਾਂ ਅਤੇ ਗੀਤਾਂ ਦੇ ਰਾਹੀਂ ਉਹਨਾਂ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਹੀ ਪਛਾਣ ਬਣਾਈ। ਇਹੀ ਕਾਰਨ ਹੈ ਕਿ ਅੱਜ ਹਰ ਗਾਇਕ ਦੁਨੀਆਂ ਦੀ ਕਿਸੇ ਵੀ ਸਟੇਜ ਤੇ ਗਾਉਂਦਾ ਸਿੱਧੂ ਮੂਸੇਵਾਲੇ ਨੂੰ ਜ਼ਰੂਰ ਯਾਦ ਕਰਦਾ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਦਰਸ਼ਕ ਮੂਸੇਵਾਲੇ ਦੇ ਗੀਤਾਂ 'ਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ। ਗਾਇਕਾ ਅਮਨ ਰੋਜ਼ੀ ਦੀ ਗਾਇਕੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਹਰ ਕੋਈ ਉਸ ਦੇ ਗੀਤਾਂ ਤੇ ਝੂਮਦਾ ਨਜ਼ਰ ਆ ਰਿਹਾ ਸੀ। ਸਾਰਿਆਂ ਨੇ ਅਮਨ ਰੋਜ਼ੀ ਦੀ ਆਵਾਜ਼ ਅਤੇ ਗੀਤ ਗਾਉਣ ਦੇ ਢੰਗ ਨੂੰ ਬੇਹੱਦ ਪਸੰਦ ਕੀਤਾ। ਵਰਜੀਨੀਆ ਤੋਂ ਗਿਲਪ੍ਰਦੀਪ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।